ਅੱਜ ਭਗਤੀ ਕਰਕੇ ਪਦਵੀ ਵਰਗੀ ਹੁੰਦੀ ਅਤੇ ਅੱਜ ਐਸੀ ਗਾਲ ਕੁਝ ਮੈਨੂੰ ਕੌਣ ਕਰੇ ਗਰੀਬ ਨਿਵਾਜ ਵਸੀਆਂ ਮੇਰਾ ਮਰਦ ਹੈ ਸ਼ਬਦ ਅੱਜ ਕੁੱਲੀ ਨੇ ਅੱਜ ਦੋਵੇਂ ਨਹੀਂ ਕੱਢਣ ਦੇ ਅੱਜ ਸ਼ਬਦ ਘੁੰਮਦੇ ਪਏ ਅੱਜ ਮੈਂ ਦੇਖਿਆ ਆਪਾਂ ਕਿ ਕਿਸਮ ਦਾ ਡੇਟਾ ਵਰਕਾ ਆਸਟ੍ਰੇਲੀਆ ਸਿੰਗਾਪੁਰ ਬਸ ਹਰ ਘੁੰਮ ਲਈ ਸਾਰਾ ਸੰਗਤ ਜਿੱਥੇ ਜਿੱਥੇ ਵੀ ਆਪਣੇ ਸੰਗਤ ਬੈਠੀ ਹੈ ਨਾ ਉੱਥੇ ਗੁਰੂ ਘਰ ਹੈ ਗੁਰੂ ਘਰ ਅਤੇ ਸਾਰਾ ਸੰਗਤ ਆਸਟ੍ਰੇਲੀਆ ਵਿੱਚ ਮੈਂ ਜਾ ਕੇ ਆਇਆ ਇਸੇ ਤਰ੍ਹਾਂ ਸੰਗਤ ਆ ਕੇ ਬਹਿੰਦੀ ਮੈਂ ਆਪਾਂ ਤੇ ਆਪਾਂ ਤੇ ਅੱਜ ਬੈਠੇ ਸਾਲ ਬਾਅਦ ਹੀ ਉਹਨਾਂ ਮੁੱਕੀ ਆਪਾਂ ਪਰ ਉੱਥੇ ਇੰਡੀਆ ਦਾ ਜੋਤਾਂ ਸਖ਼ਤ ਹੋਣ ਦੇ ਬਾਵਜੂਦ ਵੀ ਰਾਤ ਦਿਨ ਕੰਮ ਕਰਕੇ ਵੀ ਉਹ ਲੋਕ ਐਤਵਾਰ ਗੁਰੂ ਵਾਸਤੇ ਟਾਈਮ ਕੱਢਦੇ ਨੇ ਐਤਵਾਰ ਅਤੇ ਆਪਣੇ ਕੋਲ ਟਾਈਮ ਹੈ ਗੁਰੂ ਵਾਸਤੇ ਆਪਾਂ ਤਾਂ ਇੱਥੇ ਤੱਕ ਆ ਗਏ ਹਾਂ ਕਿ ਆਪਣੇ ਅਤੇ ਪਰਿਵਾਰ ਵਾਸਤੇ ਟਾਈਮ ਹੈ ਨਹੀਂ ਸਾਡੇ ਕੋਲ ਕਿ ਆਪਾਂ ਆਪਣੇ ਪਰਿਵਾਰ ਨੂੰ ਟਾਈਮ ਦੇ ਪਰ ਗੁਰੂ ਨੇ ਕਿਰਪਾ ਕੀਤੀ ਸਾਡੇ ਤੇ ਅੱਜ ਉਹ ਸ਼ਬਦ ਝੁਲ ਗਿਆ ਇਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਉਹਦੀ ਕਿਰਪਾ ਸੰਤਾਂ ਹੀ ਅੱਜ ਆਪਾਂ ਇੱਥੇ ਬੈਠੇ ਜੇ ਇਹ ਸਥਾਨ ਬਣੇ ਨਾ ਤੇ ਉਹਦੀ ਕਿਰਪਾ ਹੀ ਪਹਿਲਾਂ ਗੱਲ ਕਰ ਰਹੇ ਸਨ ਦਸ ਦੋ ਸਿੰਘ ਬਾਬਾ ਜੀ ਕਹਿੰਦੇ ਭਾਈ ਸਾਹਿਬ ਜੀ ਇਹ ਆਪਾਂ ਦੋ ਸਾਲਾਂ ਦੇ ਸੰਪਰਕ ਕਰ ਦਿੱਤੀ ਮੈਂ ਕਿਹਾ ਜੀ ਇਹ ਮਹਾਨ ਕਿਰਪਾ ਕਿਹਦੀ ਹੈ ਇਹ ਕਿਰਪਾ ਮਾਲਕ ਦੀ ਹੈ ਸਿਰਫ ਸਾਡਾ ਸਹਿਯੋਗ ਹੈ ਸੰਤ ਦਾ ਸਹਿਯੋਗ ਹੁੰਦਾ ਹੈ ਪੰਜ ਦਸ ਬੰਦੀ ਪੰਦਰਾਂ ਕੁਛ ਹੋ ਇਹਦੇ ਨਾਲ ਸਮੁੰਦਰ ਭਰ ਜਾਂਦਾ ਸਮੁੰਦਰ ਬਣ ਜਾਂਦਾ ਬਸ ਉਹਨੇ ਕਿਰਪਾ ਕੀਤੀ ਅੱਜ ਆਪਾਂ ਸਵਾਗਤ ਬੈਠੇ ਹਾਂ ਗੁਰੂ ਹੋਰ ਕਿਰਪਾ ਕਰ ਸਾਡੇ ਤੇ ਆਪਾਂ ਵੱਧ ਚੜ੍ਹ ਕੇ ਗੱਲ ਕਰੀਏ ਇਸ ਤੋਂ ਵਧੀਆ ਆਪਾਂ ਉੱਪਰ ਨੂੰ ਬਣਾਈਏ ਸੰਤਾਂ ਹੋਣ ਖੁਸ਼ੀਆਂ ਮਾਣਦੇ ਹੋਇਆ ਖੁਸ਼ੀਆਂ ਪ੍ਰਾਪਤ ਕਰਦੇ ਹੋਇਆ ਸਾਡੇ ਜਿਹੜੇ ਹੋਏ ਸਾਰੀ ਪ੍ਰਬੰਧਕ ਕਮੇਟੀ ਨੂੰ ਲੱਖ ਲੱਖ ਵਧਾਈ ਹੋਵੇ ਤੇ ਵਧਾਈ ਦਾ ਜਵਾਬ ਵਾਲੀ ਦਿੱਤੀ ਜੋ ਪਿਤਾ ਸੰਤੋਖ ਦਾਸ ਜੀ
ਕਿਉਂਕਿ ਮੈਂ ਚਾਹੁੰਦੇ ਹਾਂ ਕਿ ਗੁਰੂ ਰਵਿਦਾਸ ਮਹਾਰਾਜ ਦਾ ਕਹਿੰਦੇ ਕਰ ਭਲਾ ਹੋ ਵੀ ਭਲਾ ਤੇ ਮੈਨੂੰ ਛੱਡ ਦੇ ਉਹ ਗੁਰਬਾਨੀ ਹੋਣਗੇ ਮੈਂ ਉਹਨਾਂ ਜਾ ਕੇ ਦੁੱਧ ਪਿਲਾਵਾਂ ਕਰਕੇ ਫਿਰ ਸਤਨਾਮ ਸ੍ਰੀ ਵਾਹਿਗੁਰੂ ਪਰ ਨਹੀਂ ਉੱਥੇ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜਿੱਥੇ ਸਤਿ ਦੋ ਮਿੰਟਾਂ ਦੇ ਵਿੱਚ ਕਹਿੰਦੇ ਪੁੱਤਰ ਅੱਜ ਤਾਂ ਤੁਸੀਂ ਮੇਰੇ ਪੁੱਤਰ
Thank you.
I'm gonna make it.
ਪਾਤਸ਼ਾਹੀ ਦਸਵੀਂ ਪ੍ਰਥਮ ਗੋਦੀ ਸਿਮਰ ਕੈ ਗੁਰੂ ਨਾਨਕ ਲੇ ਧਿਆਏ ਫਿਰ ਅੰਦਰ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਗਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੋ ਤਿਥਿਆ ਸਭ ਤੋਂ ਪਜਾਏ ਤੇਗ ਬਹਾਦਰ ਸਿਮਰੀਐ ਘਰ ਨਵ ਨਿਧਿ ਆਵੇ ਧਾਏ ਸਭ ਥਾਈ ਵੀ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਥਾਈ ਵੀ ਹੋਏ ਸਹਾਏ ਸਭ ਥਾਈ ਵੀ ਹੋਏ ਸਹਾਏ ਚੌਂ ਵਰਨਾ ਦੇ ਉਪਦੇਸ਼ਕ ਨੀਚੋਂ ਉੱਚ ਕਰਨ ਵਾਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਸਭ ਥਾਈ ਵੀ ਹੋਏ ਸਹਾਏ ਸਭ ਥਾਈ ਵੀ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਰਤੇ ਗ੍ਰੰਥ ਹੱਟੀਆਂ ਜੱਟੀਆਂ ਦੱਬੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਪਿਆ ਦੇਖ ਚਲਾਈ ਦੇਖ ਬਾਜੀ ਦੇਖ ਕੇ ਡਿਟ ਕੀਤਾ ਜਿਹਨਾਂ ਪਿਆਰਿਆਂ ਸੱਜਿਆਰਿਆਂ ਦੀ ਕਮਾਈ ਦਾ ਧਿਆਨ ਕਰ ਬੋਲੋ ਜੀ ਜਿਹਨਾਂ ਸਿੰਘਾਂ ਸਿੰਘਣੀਆਂ ਘਰ ਦੇ ਸਿਰ ਦਿੱਤੇ ਮਨਬੰਧ ਕਟਵਾਏ ਕੋਪਰੀਆਂ ਲਹਾਈਆਂ ਚੱਕੜੀਆਂ ਤੇ ਚੜ੍ਹੇ ਵਾਲਿਆਂ ਨੇ ਚੁਣੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਘਰ ਵੀ ਬਣਾਇਆ ਸਿੱਧੀ ਕਿਸਾਂ ਸਵਾਸਾਂ ਨਾਲ ਭਾਈ ਭਰਾਵਾਂ ਦੀ ਕਮਾਈ ਦਾ ਧਿਆਨ ਕਰ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਵੱਲ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਦੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਹਿਬ ਤਾਂ ਤਾਂ ਰੱਖਿਆ ਰਿਆਜ ਦੇਵ ਤੇ ਫਤਿਹ ਬਿਰਧ ਕੀ ਪੈਰ ਪੰਥ ਕੀ ਜੀ ਸ੍ਰੀ ਸਾਹਿਬ ਦੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਗੁਰਸਿੱਖਾਂ ਨੂੰ ਬਖਸ਼ੋ ਜੀ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਡੂੰਘੇ ਜੁਗੋ ਜੁਗ ਅਟਲ ਧਰਮ ਕਾ ਜੈ ਜੈਕਾਰ ਸਿੱਖੀ ਸਿਰਨ ਕਿਸਾਨ ਸਵਾਸਾਂ ਸੰਗ ਨਿਭਾਓ ਜੀ ਕਾਮ ਕ੍ਰੋਧ ਲੋ ਮੋਹ ਹੰਕਾਰ ਤੋਂ ਬਚਾਓ ਜੀ ਆਪਣੇ ਲੜਕਾਓ ਜੀ ਹੇਲ ਮਾਣਿਆਂ ਦੇ ਮਾਣ ਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਆਪ ਜੀ ਨੇ ਪਾਰਵਾਸ਼ੀ ਦੀ ਕਿਰਪਾ ਕੀਤੀ ਜੋ ਅੱਜ ਆਪ ਜੀ ਦਾ 643ਵਾਂ ਪ੍ਰਕਾਸ਼ ਉਤਸਵ ਦੇ ਸੰਬੰਧ ਦੇ ਵਿੱਚ ਦਾਤਾ ਜੀ ਸੰਗਤਾਂ ਕੱਟੀਆਂ ਹੋਈਆਂ ਨੇ ਆਪ ਜੀ ਦੀ ਪਾਰਵਾਸ਼ੀ ਕਿਰਪਾ ਸਦਕਾ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਆਪ ਜੀ ਦੇ ਪ੍ਰਕਾਸ਼ ਦਮਾਨ ਹਾਲਸ ਸੱਚੇ ਪਾਤਸ਼ਾਹ ਜੀ ਕਰਵਾਏ ਗਏ ਸੰਗਤਾਂ ਕਦਰ ਹੋਈਆਂ ਆਪ ਜੀ ਦੀ ਪਰਮ ਪਵਿੱਤਰ ਹਜ਼ੂਰੀ ਦੇ ਅੰਦਰ ਰਾਗੀ ਸਿੰਘਾਂ ਨੇ ਸੇਵਕ ਬੱਚਿਆਂ ਨੇ ਕਥਾ ਵਿਚਾਰਾਂ ਕੀਤੀਆਂ ਕੀਰਤਨ ਕੀਤੇ ਦਾਤਾ ਜੀ ਕੀਰਤਨ ਕਰਦਿਆਂ ਦੇ ਕੋਲ ਸੇਵਾ ਕਰਦਿਆਂ ਦੇ ਕੋਲ ਅਣਗਿਣਤ ਭੁੱਲਾਂ ਹੋ ਜਾਂਦੀਆਂ ਦਾਤਾ ਜੀ ਬਖਸ਼ ਲੈਣਾ ਅੱਗੇ ਤੋਂ ਸੋਤੇ ਸਵਰ ਸੇਵਾ ਕਰਨ ਦੀ ਵੱਲ ਬੁੱਧੀ ਸਮਰੱਥਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਆਪ ਜੀ ਦੇ ਦਰ ਘਰ ਦੇ ਕੀਰਤਮਾਨ ਬੀਬੀ ਕੁਲਵਿੰਦਰ ਕੌਰ ਦੇਸ ਰਾਜ ਜੇਈ ਨਵਜੋਤ ਬੰਗੜ ਇਹਨਾਂ ਸਾਰੇ ਪਰਿਵਾਰਾਂ ਵੱਲੋਂ ਆਪ ਜੀਆਂ ਨੂੰ ਸੁੰਦਰ ਘਰ ਚੱਕ ਕੇ ਪਹੁੰਚਾਏ ਗਏ ਦਾਤਾ ਜੀ ਬੇਅੰਤ ਮਾਇਆ ਭੇਟ ਕੀਤੀ ਗਈ ਮਿਠਾਈਆਂ ਦੇ ਪ੍ਰਸ਼ਾਦ ਲੈ ਕੇ ਪਰਿਵਾਰ ਹਾਜ਼ਰ ਹੋਏ ਦਾਤਾ ਜੀ ਜਿਹਨਾਂ ਭਾਵਨਾ ਨੂੰ ਲੈ ਕੇ ਦਾਤਾ ਜੀ ਗੁਰਮੁਖ ਪਰਿਵਾਰ ਮਾਲਾ ਸਾਹਿਬ ਲੈ ਕੇ ਹਾਜ਼ਰ ਹੋਏ ਪ੍ਰਸ਼ਾਦ ਲੈ ਕੇ ਹਾਜ਼ਰ ਹੋਏ ਮਾਇਆ ਲੈ ਕੇ ਹਾਜ਼ਰ ਹੋਏ ਦਾਤਾ ਜੀ ਆਪ ਜਾਣੀ ਜਾਣੋ ਇਹਨਾਂ ਸਭ ਦੀਆਂ ਮਨੋਕਾਮਨਾ ਦਾਤਾ ਜੀ ਉਹ ਪੂਰਨ ਕਰਨੀਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗੁਰਮੁਖ ਪਰਿਵਾਰ ਨੂੰ ਦੇਸ਼ ਪ੍ਰਦੇਸ਼ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਖੁਸ਼ੀਆਂ ਕਿਹੜੇ ਬਖਸ਼ਿਸ਼ ਕਰਨੇ ਦਾਤਾ ਜੀ ਆਪ ਜੀ ਦੀਆਂ ਸੰਗਤਾਂ ਦੇ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਦੇ ਵਿੱਚੋਂ ਪੰਚਾਂ ਅੰਮ੍ਰਿਤ ਕੜਾਹ ਪ੍ਰਸ਼ਾਦ ਜੀ ਦੇਵ ਅਤੇ ਗੁਰੂ ਕੇ ਲੰਗਰ ਦਾਤਾ ਜੀ ਸੱਜ ਕੇ ਹਾਜ਼ਰ ਹੈ ਆਪ ਜੀ ਨੂੰ ਭੋਗ ਲੱਗੇ ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਦਾਤਾ ਜੀ ਜੋ ਛਕੇ ਸੋ ਮੁੱਖੋ ਸਤਨਾਮ ਸ੍ਰੀ ਵਾਹਿਗੁਰੂ ਜਪੇ ਦਾਤਾ ਜੀ ਜੋ ਵੀ ਮਾਈ ਭਾਈ ਤਿਲਕੋ ਭੇਟਾ ਲੈ ਕੇ ਮਾਇਆ ਲੈ ਕੇ ਰਸਨਾ ਲੈ ਕੇ ਮਿਠਾਈਆਂ ਦੇ ਪ੍ਰਸ਼ਾਦ ਲੈ ਕੇ ਹਾਜ਼ਰ ਹੋਏ ਦਾਤਾ ਜੀ ਸਭ ਦੀਆਂ ਮਨੋਕਾਮਨਾਵਾਂ ਪੂਰਨ ਕਰਨੀਆਂ ਘਰਾਂ ਵਿੱਚ ਦੁੱਖਾਂ ਵਿਲਗਣਾ ਵਿਘਨਾਂ ਕਲੇਸ਼ਾਂ ਦਾ ਨਾਸ਼ ਕਰਨਾ ਧਰਮ ਦਾ ਪ੍ਰਤਾਪ ਨਗਰ ਖੇੜੇ ਤੇ ਸੁੱਖ ਸ਼ਾਂਤੀ ਵਰਤਾਉਣੀ ਗੋ ਗਰੀਬ ਦੀ ਰੱਖਿਆ ਕਰਨੀ ਦਾਤਾ ਜੀ ਦੇਸ਼ ਪ੍ਰਦੇਸ਼ ਬੱਚਿਆਂ ਦੇ ਸਿਰਾਂ ਤੇ ਆਪਣਾ ਮੇਹਰ ਭਰਿਆ ਦਾਤਾ ਜੀ ਹੱਥ ਰੱਖਣਾ ਕਿਰਪਾ ਕਰਨੀ ਦਾਤਾ ਜੀ ਇਸੇ ਤਰ੍ਹਾਂ ਸੰਗਤਾਂ ਜੁੜਦੀਆਂ ਰਹਿਣ ਆਪ ਜੀ ਦੇ ਪ੍ਰਕਾਸ਼ ਉਹ ਸੱਚੇ ਪਾਤਸ਼ਾਹ ਮਨਾਉਂਦੀਆਂ ਰਹਿਣ ਖੁਸ਼ੀਆਂ ਰਹਿਣ ਖੇੜੇ ਰਹਿਣ ਦਾਤਾ ਜੀ ਹੁਣ ਕਰੋ ਕਿਰਪਾ ਜੀ ਬਖਸ਼ੋ ਆਪਣੀ ਗਾਹੀ ਬਾਣੀ ਧੁਰਗੀ ਬਾਣੀ ਦੇ ਹੁਕਮਨਾਮੇ ਦੀ ਸੁੱਖ ਹੋਵੇ ਨਾਮ ਕੇ ਧਿਆਵੇ
ਗੁਰੂ ਨਾਨਕ ਨਾਮ ਗੁਰੂ ਰਵਿਦਾਸ ਮਹਾਰਾਜ ਆਦਿ ਦੇ ਨਾਮ ਦੀ ਹੋਵੇ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਦੇਖ ਜੀਵਾ ਗੁਰ ਕੇ ਚਰਨ।